โอ้ยอีฟน้อยมันนู่นตลาดได้ปรอลพัมป์ว่าไหนฮะนี่ชายอะไรก็สิกัดได้สิกัดฮะยาร์ตัวรู้กลัวคนยังกี่โอ้ยนี่ยาร์เมียร์เสกชาบกี้แม่กี้อาทิตย์อาทิตย์โอ้วัตรขอลันโอ้จอดยังดีโอ้ยนั่นยาร์เวกเสียเมนูโอ้ยนั่นจังกาคุเตียਔਰ ਉਹਦਾ ਚੋਰੀਆ ਦੂਸਰੇ ਪਾਸੇ ਇੱਕ ਪੀਟਰ ਵਿਆਹ ਵਾ ਉਹ ਰਾਤੀ ਆ ਕੇ ਇਕੱਠੇ ਚੁੱਕਾ ਗਏ ਯਾਰ ਮੇਰਾ ਤਾਂ ਲੱਕ ਤੁਗਿਆ ਦਾ ਸਿਗਰ ਦਾ ਪੀਤੀ ਨਾ ਕੰਮ ਖਰਾਬ ਹੈ ਕਿ ਸਿਗਰ ਦਾ ਦੇ ਅੱਛਾ ਫਿਰ ਇਹ ਰਾਲ ਕੇ ਜਾ ਕੇ ਖੋਲਾਂਗੇ ਠੀਕ ਆ ਠੀਕ ਆ ਰਾਜ ਤੈਨੂੰ ਕੋਈ ਹੱਲ ਵੀ ਨਾ ਦੱਸੇ ਜਾਏ ਕੋਈ ਸਵਾਜੀ ਚਾਚ ਆ ਗਈRagi, kau siapa? Dasar ayat dasi. Oh, yar, oh, kira. Oh, kira. Oh, paman. Oh, betul je, kira. Oh, siapa suaji orang? Oh, kira. Kira lagi. Tuta lah. Lolo, yar.ਵਾ ਕੀ 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 ਬਲਾਏ ਉਹ ਜਾ ਕੇ ਚੈੱਕ ਕਰੀ ਕਿਆ ਹੈ ਵੋਟ ਉਹਦਾ ਇਹ ਡੱਬੇ ਦਾ ਕੋ ਬਣਾ ਹੋਇਆ ਵੇ ਇਹ ਸਿਆਜੀ ਉਹ ਉਹ ਸਿਆਜੀ ਸਿਗਰਟ ਰਹਾ ਦੇ ਨਹੀਂ ਛੋੜ ਦੂ ਉਹ ਆਈ ਕੀ ਬਣਾਏ ਮੈਨੂੰ ਤਾਂ ਲੱਗਦਾ ਹੈ ਪੈਟਰੋਲ ਪੰਪ ਉਹ ਨਹੀਂ ਪੈਟਰੋਲ ਪੰਪ ਵੱਡਾ ਸਾਰਾ ਹੁੰਦਾ ਇੱਕ ਸੂਟਰ ਵਾਲਾ ਫਿਰਦਾ ਮੈਨੂੰ ਪਤਾ ਲੱਗ ਗਿਆ ਕੀ ਬਣਾਇਆ ਫੌਜ ਹੁੰਦਾ ਸੀ ਨਾ ਉਦੋਂ ਉਹਨੂੰ ਫੌਜੀਆਂ ਦਿੱਤਾ ਸੀ ਉਹ ਫੌਜੀਆਂ ਨੇ ਕਿਹਾ ਸੀ ਜਦੋਂ ਤੁਹਾਡੇ ਤੇ ਕੋਈ ਦੁਸ਼ਮਣ ਹਮਲਾ ਕਰੇ ਰੱਸੀ ਲੱਗੀ ਹੋਈ ਹਾਂ ਇੱਕ ਤਾਰਾ ਲੱਗਿਆ ਨਾ ਇਹ ਜੋ ਕੋਈ ਦੁਸ਼ਮਣ ਹਮਲਾ ਕਰੇ ਅੱਠ ਦਸ ਵੱਟੇ ਚ ਪਾਈ ਪੂਰਾ ਇੰਡੀਆ ਤੋਂ ਆ ਜੇ ਨੂੰ ਨਾ ਚੁੱਕ ਕੇ ਲੈ ਜੀਏ ਕੋਈ ਨਸ਼ਾ ਤਾਂ ਬੜੇਗਾ ਹੋਏ ਸ਼ੁੱਕ ਖੋਲ ਯਾਰ ਮੈਂ ਖੁੱਲੇਗਾ ਹੋਰ ਸਾਡੀ ਸਾਜੀ ਕੋਈ ਜ਼ਿਆਦਾ ਫੇਰੀ ਖੋਲ ਰਹੀ ਆਖਰੀ ਸਿਗਰਟ ਆ ਹੋਰ ਖੋਲੀ ਤੁਸੀਂ ਕਿੱਥੋਂ ਆਏ ਚਲੋ ਭੱਜ ਜਾਓ ਸਾਡੀ ਮੋਟਰ ਖੋਲਣ ਆ ਗਏ ਚਲੋ ਨਿਕਲੋ ਪਤਾ ਨਹੀਂ ਨਸ਼ਾ ਕਰਕੇ ਕਿੱਥੋਂ ਆ ਗਏ ਬਾਜੀ ਆਪਣੇ ਘਰ ਵਾਲੇ ਨੂੰ ਵੀ ਕੰਮ ਕਰਦੇ ਤੇ ਸਾਨੂੰ ਵੀ ਸਤਾਇਆ ਹੋਇਆ ਚਲੋ ਇਹਨਾਂ ਡੰਡਾ ਹੀ ਚੱਕਣਾ ਪੈਣਾ ਕਿਹੜੇ ਮੋਟਰ ਸਾਜੀ ਚੜੀਆ ਛੋਟੀ ਚੁਕਲੀ ਲੈ ਲੱਗ ਪੰਜ ਗਿਆ ਥੋੜੀ ਪੀਣਾ ਨਹੀਂ ਤੁਸੀਂ ਸਾਜੀ ਸਾਜੀ ਥੋੜੀ ਪੀ ਲੈਂਦੇ ਸਾਨੂੰ ਸਤਾਇਆ ਆ ਕੇ ਸਾਡੀ ਮੋਟਰ ਫੇਰ ਖੋਲ ਕੇ ਲੈ ਚੱਲੇ ਸੀ
कैसी लगी आज की वीडियो? अच्छी है या नहीं, कैसी है? उम्मीद है आपको पसंद आई होगी। अगर पसंद आई तो वीडियो को लाइक और चैनल को सब्सक्राइब करें और बेल आइकन को लाजमी प्रेस करें ताकि हर नई आने वाली वीडियो आप तक आसानी पहुंच सके। इस ड्रामे से आप हमारा बनाने का मकसद ये था कि आजकल के माशरे में नशा जैसी लत बहुत ज्यादा मशहूर हो चुकी है, जिसकी वजह से आजकल के नौजवान इसे बहुत ज्यादा इस्तेमाल करते हैं और आने वाली नस्लें जो है वो तबाह हो रही है, जिसकी वजह से चोरियां वगैरह इस वजह से आम होती हैं। जब नशियों के पास पैसे नहीं होते हैं चरस वगैरह लेने के लिए, वो दूसरों की चोरियां करते हैं, इसलिए इसे बचना चाहिए। उम्मीद है आपको पसंद आया होगा। थैंक यू, बाय, अल्लाह हाफिज़।